ਗੁਰੂ ਵੱਲੋਂ ਲੱਤ ਮਾਰਨ ਕਾਰਨ ਚੇਲੇ ਨੇ ਕਰ ਦਿੱਤਾ ਕਤਲ। ਬਾਬਾ ਬਲਜਿੰਦਰ ਸਿੰਘ ਦਾ ਕਾਤਲ 12 ਦਿਨ ਬਾਅਦ ਪੁਲਿਸ ਨੇ ਕੀਤਾ ਕਾਬੂ। ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ। ਬੀਤੀ 1 ਮਈ ਨੂੰ ਬਾਬਾ ਬਲਵਿੰਦਰ ਸਿੰਘ ਦਾ ਕਤਲ ਉਹਨਾਂ ਦੇ ਨੌਜਵਾਨ ਚੇਲੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਬਾਬਾ ਬਲਵਿੰਦਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜਾ ਸੀ ਅਤੇ ਬਟਾਲਾ ਨਜ਼ਦੀਕੀ ਕਸਬਾ ਘੁਮਾਣ ਦੱਸਿਆ ਜਾਂਦਾ ਹੈ, ਜੋ ਕਿ ਘੁਮਾਣ ਦੇ ਪਿੰਡ ਅਠਵਾਲ ਵਿਖੇ ਗੁਰਦੁਆਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਕਰਦੇ ਸੀ। ਤਾਂ ਪ੍ਰੈਸ ਵਾਰਤਾ ਦੌਰਾਨ SSP ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਕਾਤਲ ਨੌਜਵਾਨ ਰਮਨਦੀਪ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਸੇਵਾ ਸੰਭਾਲ ਦਾ ਕੰਮ ਕਰਦਾ ਸੀ ਅਤੇ ਘਟਨਾ ਵਾਲੀ ਰਾਤ ਰਮਨਦੀਪ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਮਾਲਿਸ਼ ਕਰ ਰਿਹਾ ਸੀ। ਤਾਂ ਮਾਲਿਸ਼ ਦੌਰਾਨ ਜਿਹੜਾ ਝਗੜਾ ਹੈ ਉਹ ਆਪਸ ਵਿੱਚ ਦੋਨਾਂ ਵਿਚਕਾਰ ਹੋ ਜਾਂਦਾ ਹੈ। ਤਾਂ ਉਸਦੇ ਚੱਲਦੇ ਬਾਬਾ ਬਲਵਿੰਦਰ ਸਿੰਘ ਜਿਹੜੇ ਨੇ ਲੱਤ ਮਾਰ ਦਿੰਦੇ ਨੇ, ਜਿਸ ਤੋਂ ਗੁੱਸਾ ਹੋ ਕੇ ਰਮਨਦੀਪ ਸਿੰਘ ਆਪਣੀ ਕਿਰਚ ਦੇ ਨਾਲ ਉਹਨਾਂ 'ਤੇ ਵਾਰ ਕਰ ਦਿੰਦੇ ਨੇ। ਤਾਂ ਦੱਸ ਦਈਏ ਕਿ ਵਾਰ ਕਰਦੇ ਹੋਏ ਬਾਬਾ ਬਲਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਖੁਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਨੂੰ ਹੁਣ ਬਟਾਲਾ ਪੁਲਿਸ ਵੱਲੋਂ ਕਰੀਬ 12 ਦਿਨ ਬਾਅਦ ਬਟਾਲਾ ਦੀ ਚਿੱਟੀ ਗਰਾਊਂਡ ਦੇ ਨਜ਼ਦੀਕ ਤੋਂ ਕਾਬੂ ਕਰ ਲਿਆ ਗਿਆ। ਇਸ ਸਮੇਂ ਦੌਰਾਨ ਦੱਸ ਦਈਏ ਕਿ ਰਮਨਦੀਪ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਆਪਣੇ ਆਪ ਨੂੰ ਛੁਪਾਉਂਦਾ ਵੀ ਰਿਹਾ। ਕਤਲ ਕਰਨ ਦੇ ਲਈ ਵਰਤੀ ਗਈ ਕਿਰਚ ਬਰਾਮਦ ਕਰ ਲਿੱਤੀ ਗਈ ਹੈ। ਤਾਂ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਵੀ ਸ਼ੁਰੂ ਜਿਹੜੀ ਹੈ ਕਰ ਦਿੱਤੀ ਗਈ ਹੈ। ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬਟਾਲੇ ਤੋਂ ਜਸਪਾਲ ਚੰਦਨ ਦੀ ਰਿਪੋਰਟ।